ਸਾਹੋ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਅਤੇ ਜਾਣਕਾਰੀ ਲੈ ਲੈਂਦੇ ਹਾਂ ਲੰਡਨ ਸਮਰ ਓਲੰਪਿਕਸ ਜੋ ਹੋਣ ਜਾ ਰਹੀਆਂ ਨੇ, ਇਸ ਦਾ ਕੀ ਲੋਗੋ ਹੈ, ਕੀ ਮੈਸਕਟ ਹੈ, ਅਤੇ ਉਸ ਤੋਂ ਇਲਾਵਾ ਜਿਹੜੀ ਬ੍ਰੇਕ ਤੋਂ ਪਹਿਲਾਂ ਗੱਲਬਾਤ ਕੀਤੀ ਸੀ ਕਿ ਜਿੱਥੇ ਸਾਰੇ ਲੋਕ ਇਕੱਠੇ ਹੋ ਕੇ ਇੱਥੇ ਆਪਣੀ ਪ੍ਰਦਰਸ਼ਨ ਕਰਦੇ ਨੇ ਆਪਣੀ ਸਟਰੈਂਥ ਦਾ, ਪਰ ਨਾਲ ਨਾਲ ਬਹੁਤ ਸਾਰੀਆਂ ਕੰਟਰੋਵਰਸੀਜ਼ ਵੀ ਆ ਰਹੀਆਂ ਨੇ, ਉਸ ਸੰਬੰਧ ਵਿੱਚ ਡਾਕਟਰ ਸਾਹਿਬ ਕੀ ਦੱਸਦੇ ਨੇ, ਆਓ ਜਾਣਕਾਰੀ ਲਈਏ ਜੀ। ਡਾਕਟਰ ਸਾਹਿਬ, ਲੰਡਨ ਓਲੰਪਿਕਸ ਸ਼ੁਰੂ ਹੋ ਜਾਣੀਆਂ ਜੀ July 27th ਤੋਂ ਜੀ, ਅਤੇ August 12th 'ਤੇ ਹੀ ਇਹ ਚੱਲਣੀਆਂ ਨੇ ਜੀ। ਓਕੇ, ਇਹਦਾ ਜਿਹੜਾ ਜਿਹੜੀ ਤੁਸੀਂ ਗੱਲ ਕੀਤੀ ਲੋਗੋ ਦੀ, ਇਹਦਾ ਲੋਗੋ ਇਹਨਾਂ ਨੇ ਟੇਮਜ਼ ਰਿਵਰ 'ਤੇ ਡਿਜ਼ਾਈਨ ਕੀਤਾ, ਰਿਬਨ ਟਾਈਪ ਹੈਗਾ। ਅੱਛਾ ਜੀ। 2012 ਦੇ ਵਿੱਚ ਜਿਹੜੀ ਜ਼ੀਰੋ ਹੈ ਉਹਦੇ ਵਿੱਚ ਇਹਨਾਂ ਨੇ 5 ਰਿੰਗਸ ਪਾਈਆਂ ਨੇ। ਅੱਛਾ ਜੀ। ਅਤੇ ਜਿਹੜਾ ਇਹਨਾਂ ਦਾ ਮੈਸਕਟ ਹੈ, ਕਿਉਂਕਿ ਹਰ ਓਲੰਪਿਕ ਜਿਹੜਾ ਸਿਟੀ ਹੁੰਦਾ, ਬਿਕੋਜ਼ ਜਿਹੜਾ ਓਲੰਪਿਕਸ ਹੈਗਾ ਉਹ ਆਲਵੇਜ਼ ਦੈਟ ਇਜ਼ ਅਵਾਰਡਡ ਟੂ ਅ ਸਿਟੀ, ਇਟਸ ਨੋਟ ਅਵਾਰਡਡ ਟੂ ਅ ਕੰਟਰੀ। ਜਿਵੇਂ ਵੈਨਕੂਵਰ ਵਿੰਟਰ ਓਲੰਪਿਕਸ ਕਰਾ ਕੇ ਹਟਿਆ, ਲੰਡਨ ਸਮਰ 2012 ਕਰਾ ਰਿਹਾ, ਕੁਝ ਹੋਇਆ ਸੀ ਫਿਰ ਦੁਬਾਰਾ। ਹਾਂਜੀ, ਅਤੇ 2016 ਦੀਆਂ ਰੀਓ ਡੀ ਜਨੈਰੀਓ ਦੇ ਵਿੱਚ ਹੋਣੀਆਂ ਜੀ। ਸੋ ਤੁਸੀਂ ਮਾਸਕੋ ਦੀ ਗੱਲ ਕੀਤੀ, ਮੈਸਕਟ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਮੀਸ਼ਾ 1980 ਓਲੰਪਿਕਸ ਦਾ ਮੈਸਕਟ ਸੀਗਾ, ਬਹੁਤ ਮਸ਼ਹੂਰ ਹੋਇਆ ਜੀ, ਔਰ ਕਮਰਸ਼ੀਅਲੀ ਇਹਨੇ ਬਹੁਤ ਵੱਡਾ ਬਿਜ਼ਨਸ ਕੀਤਾ ਵਰਲਡ ਓਵਰ। ਸੋ ਇਹ ਮੈਸਕਟ ਦੀ ਇੱਕ ਬਹੁਤ ਵੱਡੀ ਮਹੱਤਤਾ ਹੈਗੀ ਆ। ਹੁਣ ਇਹਨਾਂ ਨੇ ਇੰਗਲੈਂਡ ਦੇ ਵਿੱਚ ਜਿਹੜੀ ਇਸ ਵੇਲੇ 12 ਦੀ ਓਲੰਪਿਕਸ ਹੈਗੀ ਆ, ਉਹਦੇ ਵਿੱਚ ਇਹਨਾਂ ਨੇ ਸਟੀਲ, ਕਿਉਂਕਿ ਇੰਗਲੈਂਡ ਦੇ ਵਿੱਚ ਮੈਨੂਫੈਕਚਰਿੰਗ ਦਾ ਕੰਮ ਬਹੁਤ ਹੈ, ਸੋ ਇਹਨਾਂ ਨੇ ਸਟੀਲ ਡ੍ਰੌਪਸ 'ਤੇ 2 ਐਨੀਮੇਟਿਡ ਮੈਸਕਟ ਬਣਾਏ ਹੈਗੇ ਜੀ। ਓਕੇ, ਇੱਕ ਦਾ ਨਾਂ ਇਹਨਾਂ ਨੇ ਟਾਊਨਸ 'ਤੇ ਰੱਖਤਾ, ਜਿਹੜੇ ਕੋਈ ਸਟੀਲ ਟਾਊਨਸ ਇਹਨਾਂ ਦੇ ਹੈਗੇ ਆ। ਇੱਕ ਦਾ ਟਾਊਨ ਦਾ ਨਾਂ ਹੈਗਾ ਵੈਨਲੌਕ ਹੈਗਾ, ਦੂਜੇ ਦਾ ਹੈਗਾ ਮੈਂਡੇਵਲ। ਓਕੇ, ਸੋ ਇਹਨਾਂ ਟਾਊਨਸ 'ਤੇ ਇਹਨਾਂ ਨੇ ਮੈਸਕਟ ਆਪਣੇ ਬੇਸ ਕੀਤੇ। ਸੋ ਇਟਸ ਗੋਇੰਗ ਟੂ ਬੀ ਵੈਰੀ ਇੰਟਰਸਟਿੰਗ ਸੀਇੰਗ ਦੋਸ ਥਿੰਗਸ ਜਦੋਂ ਕਿ ਇਹ ਸਾਰੇ ਸਪੋਰਟਿੰਗ ਇਵੈਂਟਸ ਹੋਣਗੇ। ਹੁਣ ਜਿੱਥੇ ਹਰ ਇੱਕ ਸਪੋਰਟਸਮੈਨ ਨੇ ਆਪਣਾ ਪੂਰਾ ਜ਼ੋਰ ਲਾਉਣਾ, ਵਾਹ ਲਾਉਣਾ ਕਿ ਮੈਂ ਕੋਈ ਮੈਡਲ ਜਿੱਤਾਂ, ਪਰ ਨਾਲ ਨਾਲ ਹੋਰ ਜਿਹੜੇ ਗਲਤ ਤਰੀਕੇ ਵੀ ਇਖਤਿਆਰ ਕੀਤੇ ਜਾਂਦੇ ਨੇ, ਜਿਸ ਤਰ੍ਹਾਂ ਡੋਪਿੰਗ ਦੇ ਸਕੈਂਡਲਸ ਬੜੇ ਹੁੰਦੇ ਨੇ, ਈਵਨ ਨਾਮਵਰ ਜਿਹੜੇ ਸਾਡੇ ਐਥਲੀਟ ਸੀ ਉਹਨਾਂ ਦੇ ਵੀ ਨਾਂ ਆਏ ਪਿਛਲੇ ਸਮੇਂ ਦੇ ਵਿੱਚ ਕਿ ਉਹਨਾਂ ਨੇ ਡਰੱਗਸ ਲੈ ਕੇ ਸਟੀਰੋਇਡਸ ਲੈ ਕੇ ਆਪਣੀ ਪਰਫੋਰਮੈਂਸ ਨੂੰ ਇਨਹੈਂਸ ਕੀਤਾ ਸੀ। ਇਸ ਸੰਬੰਧ ਵਿੱਚ ਦੱਸੋ ਕਿ ਇਹ ਡੋਪਿੰਗ ਨੂੰ ਜਿੰਨੀ ਵੱਡੀ ਇਹ ਸਮੱਸਿਆ ਹੈ, ਅਤੇ ਉਸ ਬਾਰੇ ਇਹ ਇਵੈਂਟ ਦੇ ਵਿੱਚ ਕਿਵੇਂ ਇਸ ਦੀ ਰੋਕਥਾਮ ਲਈ ਕੋਈ ਕੁਝ ਕੀਤਾ ਜਾ ਰਿਹਾ। ਵੈਸੇ ਆਪਾਂ ਡੋਪਿੰਗ ਬਾਰੇ ਬਹੁਤ ਅਲੈਬੋਰੇਟ ਇੱਕ ਟਾਕ ਸ਼ੋਅ ਕਰ ਚੁੱਕੇ ਹਾਂ, ਬਟ ਓਲੰਪਿਕਸ ਦੇ ਵਿੱਚ ਵੀ ਸਭ ਤੋਂ ਪਹਿਲਾਂ ਜਿਹੜਾ ਇਹ ਜਦੋਂ ਸ਼ੁਰੂ ਹੋਈ ਆ ਤਾਂ 3 ਓਲੰਪਿਕਸ 'ਚ ਇਹ ਪ੍ਰੋਬਲਮ ਆ ਗਈ ਸੀਗੀ। ਮੈਰਾਥਨ ਰਨਰ ਸੀਗੇ ਟੋਮਸ ਫਿੰਚ, ਹੀ ਵਾਜ਼ ਯੂ ਨੋ ਉਹ ਅਲਕੋਹਲ ਦੇ ਇਫੈਕਟ 'ਚ, ਦੇ ਉਹਨਾਂ ਦੇ ਕੋਚ ਨੇ ਸਟਿਕਨੀਨ ਇੱਕ ਹੁੰਦਾ ਉਹ, ਮਤਲਬ ਕੁਛ ਇੱਦਾਂ ਦੇ ਸਬਸਟੈਂਸ ਟਰਾਈ ਕੀਤੇ। ਫਿਰ ਸਬਸੀਕੁਐਂਟਲੀ 1960 ਦੀ ਓਲੰਪਿਕਸ 'ਚ ਵੀ, 1968 ਦੀ ਓਲੰਪਿਕਸ 'ਚ ਵੀ ਕੋਈ ਟਾਮਾ ਇੰਸੀਡੈਂਟ ਹੋਇਆ। ਸਭ ਤੋਂ ਵੱਡਾ ਜਿਹੜਾ ਬਹੁਤ ਫੇਮਸ ਸਕੈਂਡਲ ਹੋਇਆ ਓਲੰਪਿਕਸ ਦੇ ਵਿੱਚ, ਉਹ ਬੈਨ ਜੌਨਸਨ ਜਦੋਂ 88 ਦੇ ਵਿੱਚ ਚੀਟ ਕਰਦੇ ਫੜੇ ਗਏ, ਉਹਨਾਂ ਨੇ ਬੜਾ ਤਗੜਾ ਰੈਕਟ ਬਣਾਇਆ ਜਦੋਂ 10 ਸੈਕਿੰਡ ਦੇ ਅੰਡਰ ਡਿਪ ਕੀਤਾ ਪਹਿਲੀ ਵਾਰੀ ਕੋਈ ਓਲੰਪਿਕਸ ਦੇ ਵਿੱਚ, 9.88 'ਚ ਭੱਜੇ ਸੀ ਮੈਨੂੰ ਹਲੇ ਵੀ ਯਾਦ ਆ, ਔਰ ਹੱਥ ਖੜਾ ਕਰਕੇ ਕਾਫੀ ਪਹਿਲਾਂ ਹੀ ਉਹਨਾਂ ਨੇ ਰੇਸ ਆਪਣੇ ਵੱਲੋਂ ਮੁਕਾਤੀ ਸੀਗੀ, ਬਟ ਬਾਅਦ 'ਚ ਉਹਨਾਂ ਦਾ ਯੂਰਿਨ ਸੈਂਪਲ ਪੋਜ਼ਿਟਿਵ ਆਇਆ, ਸਟੈਨੋਜ਼ੋਲੋਲ ਲੈ ਰਹੇ ਸੀਗੇ, ਪਰਫੋਰਮੈਂਸ ਬੂਸਟਿੰਗ ਜਿਹੜੀ ਅੱਜ ਕੱਲ੍ਹ ਡਰੱਗਸ ਮੰਨਦੇ ਆ। ਬਾਕੀ ਜਿਹੜੀ ਬਾਅਦ ਦੇ ਵਿੱਚ ਹੁਣ ਜਿਹੜੀ ਤੁਸੀਂ ਮੈਨਸ਼ਨ ਕੀਤਾ, ਕਾਰਲ ਲੂਇਸ ਜਿਹਨਾਂ ਨੇ 10 ਓਲੰਪਿਕ ਗੋਲਡ ਮੈਡਲ ਜਿੱਤ ਚੁੱਕੇ ਆ, ਉਹ ਵੀ ਸਕੈਨਰ 'ਚ ਆ ਗਏ ਆ, ਵੀ ਉਹ ਉਹਨਾਂ ਨੂੰ ਇਹਨਾਂ ਨੇ ਪਨਿਸ਼ ਨਹੀਂ ਕੀਤਾ। US ਵਾਲਿਆਂ ਨੇ 4-5 ਵਾਰੀ ਉਹਨਾਂ ਦਾ ਸੈਂਪਲ ਪੋਜ਼ਿਟਿਵ ਲੈ ਕੇ ਸਟਿਲ ਦੇ ਅਲਾਊਡ ਹਿਮ ਟੂ ਕੰਪੀਟ। ਸੋ ਇਹ ਜਿਹੜੀ ਚੀਜ਼ ਚੱਲ ਰਹੀ ਹੈ, ਐਜ਼ ਆਪਾਂ ਪਹਿਲਾਂ ਗੱਲ ਕੀਤੀ ਸੀ, ਜਿਹੜੀ ਵਰਲਡ ਐਂਟੀ ਡੋਪਿੰਗ ਏਜੰਸੀ ਹੈ, ਇਟ ਕੇਮ ਇਨ ਟੂ ਐਗਜ਼ਿਸਟੈਂਸ ਇਨ 1999, ਅਤੇ 2008 ਦੀ ਜਿਹੜੀ ਸਮਰ ਓਲੰਪਿਕਸ ਸੀਗੀ ਉਹਦੇ ਵਿੱਚ ਜਿਹੜੀ ਬੀਜਿੰਗ 'ਚ ਹੋਈ ਹੈ, ਉਹਦੇ 'ਚ ਤਕਰੀਬਨ ਇਹਨਾਂ ਨੇ 4000 ਤੋਂ ਵੱਧ ਐਥਲੀਟ ਸਕੈਨ ਕੀਤਾ, ਪਰ 3-4 ਅਥਲੀਟ ਹੀ ਜਿਹੜੇ ਹੈਗੇ ਆ ਸੀਰੀਅਸਲੀ ਓਫੈਂਡਰ ਫੜੇ ਗਏ ਆ। ਸੋ ਜਿਹੜੇ ਇੰਡੀਅਨ ਇੰਟਰਨੈਸ਼ਨਲ ਓਲੰਪਿਕ ਕਮੇਟੀ ਹੈਗੀ ਆ, ਆਪਣਾ ਪੂਰਾ ਵਾਹ ਲਾ ਰਹੀ ਹੈ ਵੀ ਜਿਹੜੀ ਓਲੰਪਿਕ ਆ ਉਹ ਕਲੀਨ ਡੋਪਿੰਗ ਤੋਂ ਰਹਿ ਸਕੇ। ਬਟ ਇਹਦੇ 'ਚ ਕੰਟਰੋਵਰਸੀਜ਼ ਹੋਰ ਬਥੇਰੀਆਂ ਚੱਲਦੀਆਂ ਨੇ। ਰਾਈਟ, ਕੰਟਰੋਵਰਸੀਜ਼ ਦੇ ਵਿੱਚ ਵੀ ਜੀ ਕਈ ਵਾਰੀ ਇਸ ਨੂੰ ਓਲੰਪਿਕਸ ਨੂੰ ਬਾਈਕਾਟ ਵੀ ਕੀਤਾ ਗਿਆ, ਅਤੇ ਪੋਲੀਟੀਸ਼ੀਅਨਸ ਜਿਹੜੇ ਨੇ ਉਹ ਦੇਖਦੇ ਰਹੇ ਕਿ ਕਿਸ ਤਰੀਕੇ ਨਾਲ ਕੁਝ ਜਦੋਂ ਵੀ ਉਹਨਾਂ ਦਾ ਮੁਫਾਦ ਕਿੱਥੇ ਹੋਇਆ ਜਾਂ ਕੋਈ ਦੇਸ਼ ਦੇ ਪ੍ਰਤੀ ਕੋਈ ਸੋਚ ਸੀ ਜਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ, ਉਸ ਸਮੇਂ ਵੀ ਬਾਈਕਾਟ ਹੋਇਆ, ਉਹਦੇ ਸੰਬੰਧ ਵਿੱਚ ਦੱਸੋ ਕੀ ਕਦੋਂ ਕਦੋਂ ਹੋਇਆ। ਪਹਿਲਾਂ ਤਾਂ ਵਰਲਡ ਵਾਰਜ਼ ਕਰਕੇ 3 ਓਲੰਪਿਕ ਗੇਮਸ ਮਿਸ ਹੋਈਆਂ ਜਿਹੜੀਆਂ 4 ਸਾਲ ਬਾਅਦ ਹੁੰਦੀਆਂ, 1916 ਦੀਆਂ ਗੇਮਸ ਨਹੀਂ ਹੋਈਆਂ ਜੀ, ਅਤੇ 1940 ਅਤੇ 1944 ਦੀਆਂ ਓਲੰਪਿਕ ਗੇਮਸ ਨਹੀਂ ਹੋਈਆਂ, ਵਰਲਡ ਵਾਰ 1 ਅਤੇ ਵਰਲਡ ਵਾਰ 2 ਕਰਕੇ ਜੀ। ਫਿਰ 1956 'ਚ ਬਾਈਕਾਟ ਕੀਤਾ
नीदरलैंड ने स्पेन ने ते स्विट्जरलैंड ने क्योंकि हंगरी की जिहड़ी अपराइजिंग हो रही थी रशिया ने उन्हें दबिया उहदे अगेंस्ट इन्होंने बायकॉट की जी। फिर सब तो वड्डी जिहड़ी ओलंपिक गेम्स दे विच बायकॉट हुई वो 1980 की मॉस्को ओलंपिक्स दे विच 65 कंट्रीज ने बायकॉट किया जी। राइट तकरीबन जिहड़ा सारा वैसटर्न ब्लॉक सीगा उहदी रिटैलीएशन दे विच 80 की बायकॉट इस करके हुई भी सोवियत यूनियन ने अफगानिस्तान से अटैक किया सी। 84 एल ए लॉस एंजलस ओलंपिक्स हुई उदो एनमास जिहड़ा ईस्ट ब्लॉक सीगा उन्हें बायकॉट किया एक रोमानिया ने पार्टीसपेट किया सी। सो ये तकरीबन ये बायकॉट चलती रही ने जी। राइट हुण थोड़ा जिहा सानू जाणू कराओ जिहड़े कि स्पोर्ट्समैन होए जिन्होंने कि अपने नाम रोशन किए इन इवेंट्स के कौन कौन है जी। हरप्रीत जी ये तो बहुत वड्डी लिस्ट है बट जे मैं पिक करना हो जे मैं कहूँगा कुछ नाँ है जिमें 1912 च जिम थोरपे ने बड़े वधिया ही वॉज एन ऑलराउंड एथलीट जी। फिर उस तो बाद पावर नुरमी आया उन्होंने फ्लाइंग फैन कहिंदे सी कार जैसी ओमन 1936 जिन्होंने हिटलर ने हैंडशेक नहीं किया। उस तो बाद कार लुएस इस लाइन दे विच सब तो हुण लेटेस्ट आए है जिहड़े जमैकन यूसैन बोल्ट ने उन्होंने तीन वर्ल्ड रैकड ते तीन ओलंपिक रैकड पिछली 2008 समर ओलंपिक्स कायम किए सी एंड ही इज़ वन ऑफ द बेस्ट। राइट कनेडियंस की जो ट्रैक रैकड है कनेडियंस का इस जी शिरकत रही उस संबंध में कोई नामवर एथलीट्स हो कैनेडियन कैनेडा ने मैडल तो तकरीबन 260 ओलंपिक्स पार्टीसपेट किया मैडल लेते हैं 23 ओलंपिक्स इन्होंने पार्टीसपेट किया। परसी विलियम्स ने 1928 की ओलंपिक्स दो मैडल गोल्ड जितते सके जी। फिर डेवनॉन बेले ने 1996 अटलांटा च दो गोल्ड मैडल जितते सी यही एक सब तो वड्डी इन्हां दी अचीवमेंट है। रोइंग स्विमिंग ते एथलेटिक्स च इन्हां ने मैडल ज्यादा जितते। राइट पर बेन जॉनसन दा भी नाम आया जी। बेन जॉनसन दा फिर मैडल मिलया नहीं मैडल मिलया नहीं उन्हां नूं लेकिन उहदे नाल काफ़ी नुकसान भी होया सी देश दी छवि जिहड़ी ओह काफ़ी खराब हुई। हाँ जी हाँ जी इंडिया दे विच चलिए जी इंडियन परफॉर्मेंस जिहड़ी ओलंपिक्स विच रही हैगी है जस्ट पिछली बारी ही ओलंपिक्स जी 2008 में हुई उस असी मैडल जीत सके सी या फिर हॉकी की टीम जी है जीती वो बारे दसो। 2008 की जिम्मे मैनशन किया दैट वॉज द बेस्ट समर ओलंपिक्स फॉर इंडिया। इंडिया हूँ तो वैसे विंटर ओलंपिक्स भी आने लग गया तो उस इन्होंने तीन मैडल जितते थे जी। उस पहली बारी गोल्ड लैके आया अभिनव बिंद्रा राइफल शूटिंग पिस्टल शूटिंग सुशील कुमार ने रैसलिंग विजेंद्र ने बॉक्सिंग तो हॉकी ने 11 मैडल जितते है जी। राइट 28 तो 56 तई इन्होंने लगातार 6 गोल्ड मैडल जितते। फिर लास्ट इन्होंने गोल्ड मैडल जिहड़ा जितया सी 80 दी ओलंपिक्स जितया सी जदों बाकी काफ़ी मुल्कां ने बायकॉट किया सी 80 तो बाद असी कोई मैडल नहीं जित सके। राइट मिल्खा सिंह दा भी जिहड़ा एक रैकड हैगा वह भी भावें वह मैडल तो नहीं जितते सी लेकिन वह भी एक इतिहास। मिल्खा सिंह दा इतिहास इंडियन एथलैटिक्स के कॉन्टैक्सट बहुत वड्डा नाँ है जी। वह रन अप टू 60 रोम ओलंपिक्स च वो 58 की एशियड च 200-400 जितते कार्डिफ की कॉमनवैल्थ 400 जितते ही वॉज ट्रिप टू विन अ मैडल। मैं गोल्ड मैडल तो नहीं कहता बट वो जो फाइनल रेस हुई वो बड़ी इतिहासिक रेस है 400 मीटर की चारों जो दौड़ाक से उन्होंने पुराना ओलंपिक रैकेट तोड़िया। पहले जो दो दौड़ाक से ओटिस डेविस ते कार्ल कॉफमैन इन्होंने वर्ल्ड रैकेट तोड़िया। जो तीजे से बैनसन साउथ अफ्रीका दे ते मिल्खा सिंह और ये 100th ऑफ अ सैकेंड तो फर्क रह गया वो 45.6 भजे है मिल्खा सिंह और 45.6 भजे है। राइट हुण क्योंकि ओलंपिक्स आ रही ने जुलाई के हुण तुसी की अनुमान ला रहे हो इंडिया की अखीर में की किन्नी कोई परफॉर्मेंस तुसी समझते हो स्ट्रोंग रहेगी तो होर किहड़ियां-किहड़ियां चीज़ां ओवरऑल इस बार काफ़ी इंट्रस्टिंग होणगियां। इंडिया की जिहड़ी परफॉर्मेंस की गल करिए जी इंडिया की आपां नूं रैसलर्स तो जी शूटर्स तो ते किसे बॉक्सर तो आस हैगी है या फीमेल कोई जिहड़े वेटलिफ्टर्स ने उस तो अलावा फील्ड हॉकी का तो मैं एक्सपैक्ट नहीं करता भी इंडिया मैडल जितूगा जी। बट एथलैटिक्स क्योंकि हुण एक चेंज हो गया फोकस जिहड़े US जिहड़ा डोमीनेटिंग एक फोर्स सीगा उहदे नाल हुण छोटे छोटे अफ्रीकन कंट्रीज लाइक जमैका ट्रिनिडैड टोबैगो ये बहुत वड्डे उभर के सामने आए तो वड्डे मैडल लैके जा रहे। सो इट विल बी इंट्रस्टिंग टाइम दिस टाइम कि बई होर बड़े बाकी मुल्क जिहड़े ने वह भी अगे आ के कुछ ना कुछ चंगी परफॉर्मेंस दिखा। डेफिनेटली सर थैंक यू वेरी मच फॉर योर टाइम एंड ओलंपिक्स क्योंकि आ रही ने तो उस भी जिहड़ियां इंपॉर्टेंट चीज़ा होणगियां चाहवांगे कि तुसीं समां कढ के आओ तो साडे दर्शकां नाल जरूर समझ पाओ। डेफिनेटली आई वुड वेलकम धन्यवाद।
ਸੋ ਓਲੰਪਿਕਸ ਦੇ ਸੰਬੰਧ ਵਿੱਚ ਜੋ ਆ ਜਾਣਕਾਰੀ ਲਈ ਜੀ ਤੁਹਾਨੂੰ ਇਤਿਹਾਸ ਨਾਲ ਜੋੜਿਆ ਗਿਆ, ਉਸਦੇ ਨਾਲ ਨਾਲ ਜਿਹੜੀਆਂ ਹਾਈਲਾਈਟਸ ਨੇ ਉਸਦੇ ਬਾਰੇ ਦੱਸਿਆ ਗਿਆ ਹੈ। ਜੇਕਰ ਤੁਹਾਡੇ ਕੋਲ ਕੋਈ ਸਪੈਸੀਫਿਕ ਸਵਾਲ ਹੋਏ ਜਿਸ ਦੇ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਨਾ ਅਤੇ ਉਸਨੂੰ ਲੈ ਕੇ ਹਾਜ਼ਰ ਹੋਵਾਂਗੇ।